लास्ट कॉमेंट जी, मेरा पहला सवाल यह है कि वारिस शाह अवार्ड लई जिहड़ी चार हस्तियां दी चोण कीती गई है, ये किस आधार ते ते किवें कीती गई है जी? ਇਹ ਉਹਨਾਂ ਦੇ ਕੰਮਾਂ ਦੇ ਆਧਾਰ ਤੇ ਕੀਤੀ ਗਈ ਹੈ ਤੇ ਇਹ ਸਿਰਫ ਚਾਰ ਅਵਾਰਡ ਨਹੀਂ ਇਹ ਟੋਟਲ 140 ਅਵਾਰਡ ਨੇ अच्छा जी, ਇਹ ਤੇ ਉਹ ਨੇ ਜਿਹੜੇ ਬਾਹਰ ਬੈਠੇ ਜਿਹੜੇ ਸਾਡੇ ਵੀਰ ਨੇ ਜਾਂ ਪਾਕਿਸਤਾਨ ਤੋਂ ਬਾਹਰ ਦੇ ਨੇ ਤੇ ਪਾਕਿਸਤਾਨ ਦੇ ਵਿੱਚ ਤੇ ਇਹ ਸਾਰੇ ਮਿਲਾ ਕੇ ਟੋਟਲ ਜਿਹੜੇ ਨੇ 140 ਅਵਾਰਡ ਨੇ ਡਿਫਰੈਂਟ ਖੇਤਰ ਨੇ ਹਰ ਇੱਕ ਦੇ ਹਰ ਅਵਾਰਡ ਦੇ ਨਾ जी ਤੇ ਉਹਦੇ ਵਿੱਚ ਗਾਇਕ ਵੀ ਨੇ ਸੂਫੀ ਗਾਇਕ ਵੀ ਨੇ ਲੇਖਕ ਵੀ ਨੇ ਕਹਾਣੀਕਾਰ ਵੀ ਨੇ ਸਟੋਰੀ ਰਾਈਟਰ ਵੀ ਨੇ ਤੇ ਇਹ ਚਾਰ ਜਿਹੜੇ ਨੇ ਇਹਨਾਂ ਵਿੱਚ ਅਸੀਂ ਰਵਿੰਦਰ ਰਵੀ ਜਿਹੜੇ ਕੈਨੇਡਾ ਦੇ ਨੇ ਉਹਨਾਂ ਨੂੰ ਐਜ਼ ਅ ਕਵੀ ਜਾਂ ਸ਼ਾਇਰ ਲਿਆ जी ਤੇ ਜਿਹੜੇ ਸਾਡੇ ਵਰਿਆਮ ਸਿੰਘ ਸੰਧੂ ਜੀ ਨੇ ਉਹ ਬਹੁਤ ਵਧੀਆ ਕਹਾਣੀਕਾਰ ਨੇ ਉਹਨਾਂ ਨੂੰ ਕਹਾਣੀ ਦੇ ਆਧਾਰ ਤੇ ਅਵਾਰਡ ਦਿੱਤਾ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਹਰਕੀਰਤ ਕੌਰ ਚਹਿਲ ਜਿਹੜੇ ਨੇ ਉਹ ਵਧੀਆ ਨਾਵਲਕਾਰ ਨੇ ਤੇ ਚੌਥਾ ਵਾਰਡ ਜਿਹੜਾ ਸਾਡਾ ਉਹ ਵਧੀਆ ਗਾਇਕ ਦਾ ਸੀ ਪੰਜਾਬੀ ਗਾਇਕ ਦਾ ਲੇਕਿਨ ਇਹ ਜਿਹੜੇ ਤੁਹਾਨੂੰ ਮੈਂ ਦੱਸਿਆ ਨਾ ਚਾਰ ਤੇ ਬਾਕੀ ਪਾਕਿਸਤਾਨ ਦੇ ਜਾਂ ਡਿਫਰੈਂਟ ਜਿਹੜੇ ਸਾਡੇ ਨੇ ਨਾ जी ਉਹਨਾਂ ਸਾਰਿਆਂ ਵਿੱਚ ਇਹ ਵਾਰਡ ਨੇ ਯੂਰਪ ਦੇ ਅਲੈਦਾ ਅਫਰੀਕਾ ਦੇ ਅਲੈਦਾ ਅਮਰੀਕਾ ਦੇ ਅਲੈਦਾ ਉੱਤੇ ਪਾਕਿਸਤਾਨ ਤੇ ਇੰਡੀਆ ਦੇ ਅਲੈਦਾ जी ਉਹ ਸਾਰੇ 140 ਬਣਦੇ ਨੇ ਵਾਰਡ जी ਉਹਦੇ ਇਸ ਸਾਡੇ ਵਾਰਡ ਦੀ ਬੇਸ ਹੁੰਦੀ ਏ ਕਿ ਜਿਹੜਾ ਬੰਦਾ ਪੰਜਾਬੀ ਬੋਲੀ ਪੰਜਾਬ ਪੰਜਾਬੀਅਤ ਤੇ ਦੇ ਹੱਕਾਂ ਬਾਰੇ ਗੱਲ ਕਰੇ ਯਾਨੀ ਆਪਣਾ ਕੰਮ ਉਹਦਾ ਆਪਣੀ ਥਾਂ ਉਹ ਜੋ ਲਿਖਦਾ ਹੈ ਬਹੁਤ ਵਧੀਆ ਹੈ ਜਾਂ ਗਾਇਕੀ ਕਰਦਾ ਬਹੁਤ ਵਧੀਆ ਲੇਕਿਨ ਸਾਡਾ ਆਧਾਰ ਹੈ ਤੇ ਸਾਡੀ ਬੁਨਿਆਦੀ ਜਿਹੜੀ ਹੈ ਨਾ ਇਹ ਗੱਲ ਏ ਕਿ ਪੰਜਾਬ ਪੰਜਾਬੀ ਪੰਜਾਬੀਅਤ ਤੇ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰੇ ਉਹ जी ਜਿੱਥੇ ਵੀ ਕੋਈ ਫਰਕ ਆਏਗਾ ਕੋਈ ਕੰਪਲੇਂਟ ਸਾਨੂੰ ਆਏਗੀ ਤੇ ਅਸੀਂ ਉਹਦਾ ਐਕਸ਼ਨ ਕਮੇਟੀ ਲੈਣ ਦਾ ਜਿਹੜਾ ਹੈ ਨਾ ਉਹਦੇ ਵਿੱਚ ਕੋਈ ਉਹ ਪਿੱਛੇ ਨਹੀਂ ਹਟੇਗੀ जी ਇਸ जी ਹਵਾਲੇ ਨਾਲ ਜਿਹੜਾ ਨਾ ਇਸ ਕਿ ਮੇਰਾ ਜਵਾਬ ਹੈ जी सो ਹੁਣ ਜਿਹੜੀ ਵਾਰਿਸ ਸ਼ਾਹ ਅਵਾਰਡ ਕਮੇਟੀ ਦੇ ਤੁਸੀਂ ਚੇਅਰਮੈਨ ਹੋ, ਗੁਰਦਾਸ ਮਾਨ ਜੋ ਕਿ ਹਾਂਜੀ ਗਾਇਕ ਨੇ, ਗਾਇਕੀ ਦੇ ਖੇਤਰ ਜਿਨ੍ਹਾਂ ਨੇ ਨਾਮ ਨਾ ਖੱਟਿਆ, ਗੁਰਦਾਸ ਮਾਨ ਦਾ ਅਵਾਰਡ ਕਿਉਂ ਰੋਕ ਲਿਆ ਗਿਆ ਹੈ? ਗੁਰਦਾਸ ਮਾਨ ਸਾਡੇ ਲਈ ਬੜਾ ਹੀ ਸਤਿਕਾਰਯੋਗ ਬੜਾ ਸੀਨੀਅਰ ਗਾਇਕ ਬਹੁਤ ਹੀ ਵਧੀਆ ਜਦੋਂ ਕਮੇਟੀ ਨੇ ਇਹਨਾਂ ਦਾ ਅਵਾਰਡ ਲਈ ਕੰਸੀਡਰ ਕੀਤਾ ਸੀ ਤੇ ਸਾਡਾ ਮੁੱਖ ਇਹਨਾਂ ਦਾ ਗੀਤ ਜਿਹੜਾ ਸੀ ਨੀ ਪੰਜਾਬੀ ਜ਼ਬਾਨੇ ਨੀ ਰਕਾਨੇ ਮੇਰੇ ਦੇਸ ਦੀ ਏ ਕਿਉਂ ਫਿੱਕੀ ਪੈ ਗਈ ਤੇਰੇ ਚਿਹਰੇ ਦੀ ਨੁਹਾਰ ਨੀ ਇੱਕ ਇਹ ਗਾਣਾ ਸੀ ਦੂਜਾ ਇਹਨੇ ਜਿਹੜਾ ਵਾਰਿਸ ਸ਼ਾਹ ਦੀ ਫਿਲਮ ਜਿਹੜੀ ਸੀ ਉਹਦੇ ਵਿੱਚ ਇਹਨੇ ਅੱਛਾ ਆਪਣਾ ਰੋਲ ਕੀਤਾ ਸੀ ਬਾਕੀ ਪੰਜਾਬੀ ਗਾਇਕੀ ਸੀ ਇਹਦੀ ਜੀ ਲੇਕਿਨ ਨਾਲ ਹੀ ਜਦੋਂ ਅਸੀਂ ਅਨਾਉਂਸਮੈਂਟ ਕੀਤੀ ਤੇ ਸਾਡਾ ਪੰਜਾਬੀ ਭਾਈਚਾਰਾ ਉਹਨੇ ਹਰ ਪਾਸਿਓਂ ਹੀ ਸਾਨੂੰ ਕੰਪਲੇਂਟਸ ਆਣੀਆਂ ਸ਼ੁਰੂ ਹੋ ਗਈਆਂ ਕਿ ਇਹਨਾਂ ਕਿਧਰੇ ਕੋਈ ਵਾਦ ਵਿਵਾਦ ਵਾਲੀ ਕੋਈ ਗੱਲ ਕੀਤੀ ਏ ਹਾਲਾਂ ਅਜੇ ਵੀ ਸਾਡੇ ਲਈ ਉਹ ਬੜਾ ਹੀ ਮਾਣਯੋਗ ਬੜਾ ਹੀ ਸਤਿਕਾਰਯੋਗ ਏ ਲੇਕਿਨ ਸਾਡੇ ਲਈ ਜਿਹੜੀ ਇਹ ਸਾਧ ਸੰਗਤ ਜਾਂ ਕਮਿਊਨਿਟੀ ਐਟ ਲਾਰਜ ਦੀ ਬੜੀ ਇੰਪੋਰਟੈਂਸ ਏ ਅਸੀਂ ਪੰਜਾਬੀਆਂ ਦੇ ਆਪ ਮਦਈਆਂ ਕਿ ਭਾਵੇਂ ਉਹ ਬਾਹਰ ਬੈਠੇ ਨੇ ਭਾਵੇਂ ਹਿੰਦੁਸਤਾਨ ਪਾਕਿਸਤਾਨ ਵਿੱਚ ਬੈਠੇ ਨੇ ਅਗਰ ਉਹਨਾਂ ਨੂੰ ਕਿਸੇ ਗੱਲ ਦਾ ਦੁੱਖ ਹੋਏ ਧੱਕਾ ਲੱਗੇ ਕਿਸੇ ਦੇ ਜਜ਼ਬਾਤ ਦਾ ਤੇ ਉਹਨੂੰ ਅਸੀਂ ਜ਼ਰੂਰ ਕੰਸੀਡਰ ਕਰਨੇ ਆ ਲੇਕਿਨ ਇਸ ਦੇ ਬਾਵਜੂਦ ਇਹਨਾਂ ਗੱਲਾਂ ਦੇ ਕਮੇਟੀ ਨੂੰ ਜਿਹੜਾ ਹੈ ਉਹ ਗੁਰਦਾਸ ਮਾਨ ਨਾਲ ਕੋਈ ਪ੍ਰੋਬਲਮ ਨਹੀਂ ਕੁਛ ਨਹੀਂ ਲੇਕਿਨ ਉਹਦਾ ਹੱਕ ਬਣਦਾ ਹੈ ਕਿ ਉਹ ਕਮਿਊਨਿਟੀ ਨੂੰ ਰਾਜ਼ੀ ਕਰੇ ਉਹਨਾਂ ਕੋਲ ਜਿਵੇਂ ਵੀ ਉਹ ਕੁਛ ਕਰ ਸਕਦਾ ਹੈ ਮਾਫੀ ਮੰਗਦਾ ਹੈ ਜਾਂ ਜੋ ਵੀ ਕਰਦਾ ਹੈ ਸਾਡੇ ਦੇ ਲਈ ਉਹ ਜਿਹੜਾ ਹੈ ਜਦੋਂ ਇਹ ਗੱਲਾਂ ਸਾਰੀਆਂ ਕਲੀਅਰ ਹੋ ਜਾਣਗੀਆਂ ਉਹਦਾ ਅਸੀਂ ਅਵਾਰਡ ਰੱਦ ਨਹੀਂ ਕੀਤਾ ਉਹਨੂੰ ਹੋਲਡ ਕੀਤਾ ਹੈ ਵਕਤੀ ਤੌਰ ਜਿਹੜਾ ਨਾ ਤੇ ਸਾਡੇ ਲਈ ਹਰ ਕਲਾਕਾਰ ਦੀ ਆਪਣੀ ਬੜੀ ਇੰਪੋਰਟੈਂਸ ਹੈ ਸਾਡੇ ਲਈ ਗੁਰਦਾਸ ਮਾਨ ਬੜਾ ਹੀ ਇੱਜ਼ਤ ਮਾਨ ਵਾਲਾ ਹੈ ਜੀ, ਤੁਸੀਂ ਹੋਲ ਤੇ ਪਾਇਆ, ਤੁਸੀਂ ਹੁਣੇ ਕਿਹਾ ਹੈ, ਤੇ ਜਦ ਤੋਂ ਹੋਲ ਤੇ ਪਾਇਆ ਗੁਰਦਾਸ ਮਾਨ ਦਾ ਤੁਸੀਂ ਅਵਾਰਡ, ਕੀ ਉਸ ਤੋਂ ਬਾਅਦ ਗੁਰਦਾਸ ਮਾਨ ਨਾਲ ਗੱਲ ਹੋਈ, ਕੋਈ ਹੋਰ ਅੱਗੇ ਗੱਲ ਤੁਰੀ? ਗੱਲ ਤੇ ਦੇਖੋ ਜੀ ਹੁੰਦੀ ਏ ਲੇਕਿਨ ਮਸਲਾ ਇਹ ਹੁੰਦਾ ਹੈ ਕਿ ਮੇਰੇ ਅੱਗੇ ਜਾਂ ਕਮੇਟੀ ਅੱਗੇ ਕਲੀਅਰ ਕਰਨਾ ਕੋਈ ਗੱਲ ਨਹੀਂ ਯਾਨੀ ਉਹ ਆਪਣਾ ਪੁਆਇੰਟ ਆਫ ਵਿਊ ਦੱਸਦਾ ਹੈ ਤਾਂ ਕਮੇਟੀ ਨੂੰ ਦੱਸਦਾ ਹੈ ਜਾਂ ਜੋ ਵੀ ਕਿਸੇ ਦੇ ਥਰੂ ਗੱਲ ਕਰਦਾ ਹੈ ਜਾਂ ਆਪ ਕਰਦਾ ਹੈ ਸਾਨੂੰ ਚਾਹੀਦਾ ਹੈ ਕਿ ਦੂਜੇ ਪਾਸੇ ਜਿਹੜੀ ਇੱਕ ਸਾਡੀ ਕੰਪਲੇਂਟ ਸਾਨੂੰ ਮੁਸਲਸਲ ਰਿਸੀਵ ਹੋ ਰਹੀ ਏ
ਉਹਦੇ ਵਿੱਚ ਇਹ ਵੀ ਕੋਈ ਰੋਕ ਰੁਕਾਵਟ ਨਹੀਂ ਜਾਂ ਉਧਰੋਂ ਸੈਟਿਸਫਾਈ ਦਾ ਸਾਨੂੰ ਕੋਈ ਮੈਸੇਜ ਨਹੀਂ ਮਿਲਦਾ ਪਿਆ ਕਿ ਜਿਹੜੀ ਸਾਡੀ ਕਮਿਊਨਿਟੀ ਪੰਜਾਬੀ ਦੀ ਐਟ ਲਾਰਜ ਕਮਿਊਨਿਟੀ ਏ ਪੂਰੀ ਦੁਨੀਆ ਚ ਬੈਠੇ ਪੰਜਾਬੀ ਸਾਡਾ 25 ਕਰੋੜ ਪੰਜਾਬੀ ਸਾਡਾ ਮਾਣ ਨੇ ਜਿਨ੍ਹਾਂ ਵਿੱਚ 15 ਕਰੋੜ ਤੇ ਅਸੀਂ ਆਪ ਹਾਂ ਪਾਕਿਸਤਾਨੀ ਪੰਜਾਬੀ ਜਿਹੜੇ ਹਾਂ ਤੇ ਬਾਕੀ ਜਿਹੜੇ 10 ਕਰੋੜ ਬਾਹਰ ਬੈਠੇ ਨੇ ਭਾਵੇਂ ਇੰਡੀਆ ਵਿੱਚ ਨੇ ਜਾਂ ਯੂਰਪ ਅਮਰੀਕਾ ਆਸਟ੍ਰੇਲੀਆ ਹੋਰ ਜਿਹੜੇ ਵੀ ਦੇਸ਼ ਨੇ ਯੂਰਪ ਦੇ ਤੇ ਉਹ ਅਗਰ ਸਾਨੂੰ ਕਿਧਰੋਂ ਵੀ ਉਧਰੋਂ ਇਹਦੀ ਕੋਈ ਸਫਾਈ ਮਿਲਦੀ ਹੈ ਤੇ ਸਾਡੇ ਲਈ ਤੇ ਕਮੇਟੀ ਨੂੰ ਤੇ ਰੀਕਨਸੀਡਰ ਕਰਨ ਵਿੱਚ ਕੋਈ ਪ੍ਰੋਬਲਮ ਨਹੀਂ। ਸੋ ਤੁਸੀਂ ਹੋਲਡ ਉਦੋਂ ਤੱਕ ਰੱਖੋਗੇ ਜਦੋਂ ਤੱਕ ਗੁਰਦਾਸ ਮਾਨ ਮਾਫ਼ੀ ਨਹੀਂ ਮੰਗ ਲੈਂਦਾ ਜਾਂ ਜੋ ਕੰਪਲੇਂਟਸ ਆਈਆਂ ਨੇ ਉਹ ਹਰੀ ਝੰਡੀ ਨਹੀਂ ਦੇ ਦਿੰਦੇ ਜੀ। ਓਕੇ 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 ਯਾਨੀ ਉਹਦਾ ਇੱਕ ਹੀ ਤਰੀਕਾ ਹੁੰਦਾ ਨਾ ਕਿ ਬੰਦਾ ਓਪਨ ਜਿਹੜਾ ਉਹ ਮਾਫ਼ੀ ਹੁੰਦੀ ਹੈ ਯਾਨੀ ਜਿਵੇਂ ਹੁੰਦਾ ਕਿ ਮੀਡੀਆ ਉੱਤੇ ਆ ਕੇ ਜਾਂ ਜਿਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਕਮੇਟੀ ਨੂੰ ਆਪਣੀ ਸਫਾਈ ਪੇਸ਼ ਕਰਨ ਦਾ ਤੇ ਉਹ ਜ਼ਾਹਿਰ ਉਹਦਾ ਇੱਕ ਠੀਕ ਮੌਕਫ ਉਹਦਾ ਪੁਆਇੰਟ ਆਫ ਵਿਊ ਆ ਚੁੱਕਾ ਔਰ ਅਸੀਂ ਉਸ ਗੱਲ ਤੇ ਜਿਹੜਾ ਵਾ ਇਹ ਉਹਨੂੰ ਕਲੀਅਰ ਕੀਤਾ ਕਿ ਸਾਡਾ ਤੇਰੇ ਨਾਲ ਕੋਈ ਇਸ਼ੂ ਨਹੀਂ। ਜਿੰਨਾ ਚਿਰ ਜਿਹੜੇ ਸਾਡੀ ਪੰਜਾਬੀ ਕਮਿਊਨਿਟੀ ਏ ਉਹਨਾਂ ਕੋਲ ਤੂੰ ਆਪਣਾ ਕਲੀਅਰੈਂਸ ਲਵੇਂਗਾ ਤੇ ਫਿਰ ਕੋਈ ਇਸ਼ੂ ਨਹੀਂ ਹੋਏਗਾ। ਧੰਨਵਾਦ ਇਲਿਆਸ ਘੁੰਮਣ ਜੀ ਲਾਹੌਰ ਤੋਂ ਸਿੱਧੇ ਸਾਨੂੰ ਜਾਣਕਾਰੀ ਦੇਣ ਲਈ ਮਿਹਰਬਾਨੀ। ਥੈਂਕ ਯੂ ਥੈਂਕ ਯੂ ਥੈਂਕ ਯੂ।